ਭਾਰਤ ਮਾਰਾ ਪ੍ਰੋਜੈਕਟ ਦੇ ਤਹਿਤ ਜਿਹੜੇ ਹਾਈਵੇ ਕੱਢੇ ਜਾ ਰਹੇ ਨੇ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜੇ ਹੈ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਔਰ ਕੱਲ ਗੁਰਦਾਸਪੁਰ ਦੇ ਵਿੱਚ ਜਿਹੜੀ ਬਟਾਲਾ ਦੇ ਵਿੱਚ ਇੱਕ ਮਹਿਲਾ ਦੇ ਉੱਤੇ ਇਸ ਨੂੰ ਲੈ ਕੇ ਜਿਹੜਾ ਅਤਿਆਚਾਰ ਵੀ ਕੀਤਾ ਛਪੇਰੀ ਮਾਰ ਗਈ ਪੁਲਿਸ ਨੂੰ ਲੈ ਕੇ ਉਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜੇ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਹੈ ਅੱਜ ਤੁਹਾਨੂੰ ਤਸਵੀਰਾਂ ਦਿਖਾਏ ਜਾ ਰਹੇ ਹਨ ਫਿਰਪੁਰ ਦੀ ਜਿਹੜੀ ਰੇਲਵੇ ਟਰੈਕ ਹੈ ਬਸਤੀ ਟੈਂਕਾਂ ਵਾਲੀ ਵਿੱਚ ਅੱਜ ਪੂਰੀ ਤਰ੍ਹਾਂ ਤੇ ਜਿਹੜੇ ਹੈ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਹੈ ਰੇਲ ਕੋਸ਼ਿਸ਼ ਕਰਾਂਗੇ ਇਹ ਰੇਲਵੇ ਟ੍ਰੈਕ ਤੇ ਕਿਸਾਨ ਬੈਠੇ ਹੋਏ ਨੇ ਵਾਕਫ ਵਾਕ ਜਥੇਬੰਦੀਆਂ ਬੈਠੀਆਂ ਹੋਈਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪ੍ਰੋਜੈਕਟ ਜਿਹੜੀ ਹੈਗੀ ਹੈ ਉਸ ਪ੍ਰੋਜੈਕਟ ਦੇ ਤਹਿਤ ਇਹਨਾਂ ਨੂੰ ਜਿਹੜੇ ਕਿਸਾਨਾਂ ਨੂੰ ਜਿਹੜੀ ਜ਼ਮੀਨ ਜਿਹੜੀ ਆ 6 ਗੁਣਾ ਵੱਧ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਉਸ ਮੰਗ ਨੂੰ ਲੈ ਕੇ ਔਰ ਇੱਕ ਮਹਿਲਾ ਜਿਹੜੀ ਚਪੇੜ ਮਾਰਨ ਦੀ ਗੱਲ ਹੈ ਉਹ ਜਿਹੜੀ ਕੀਤੀ ਜਾ ਰਹੀ ਹੈ ਉਸ ਦਾ ਇਨਸਾਫ ਲੈਣ ਲਈ ਅੱਜ ਕਿਸਾਨ ਜਥੇਬੰਦੀ ਲਗਾਤਾਰ ਜਿਹੜੇ ਆ ਪ੍ਰਦਰਸ਼ਨ ਕਰਦੇ ਆ ਰਹੇ ਆ ਗੱਲਬਾਤ ਕਰ ਲੈਣੇ ਆ ਕਿਸਾਨਾਂ ਨਾਲ ਸਰ ਅੱਜ ਜਿਹੜਾ ਕਿਸਾਨਾਂ ਨੇ ਇੱਕ ਵਾਰੀ ਫਿਰ ਜਿਹੜੇ ਰੇਲਵੇ ਟਰੈਕ ਜਿਹੜੇ ਆ ਰੋਕ ਦਿੱਤੇ ਗਏ ਆ ਠੀਕ ਹੋ ਹਾਂ ਬਿਲਕੁਲ ਜੋ ਕੱਲ ਗਰਦਾਸਪੁਰ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਤੇ ਜਿਹੜਾ ਸਿਵਲ ਪ੍ਰਸ਼ਾਸਨ ਦੇ ਵੱਲੋਂ ਜੋ ਉੱਥੇ ਕਾਰਾ ਕੀਤਾ ਗਿਆ ਉਹ ਤੁਸੀਂ ਭਲੀ ਭਾਤੀ ਜਾਣਦੇ ਜੇ ਸਰਕਾਰ ਦੇ ਵੱਲੋਂ ਧੱਕੇ ਦੇ ਨਾਲ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਦਸਤਾਰਾਂ ਲਾਈਆਂ ਗਈਆਂ ਨੇ ਔਰ ਨਾਲ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੀਬੀਆਂ ਨੂੰ ਇੱਕ ਥੱਪੜ ਮਾਰੇ ਗਏ ਨੇ ਤਾਂ ਬੜੀ ਵੱਧ ਭਾਗੀ ਜਿਹੜੀ ਉਹ ਗੱਲ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਜਿਹੜਾ ਸਰਕਾਰ ਖੋਖਲੇ ਵਾਅਦੇ ਜੋ ਸਰਕਾਰ ਨੇ ਪਹਿਲਾਂ ਕੀਤੇ ਸੀ ਔਰ ਜਮਣੀ ਚੋਣ ਜਿੱਤਣ ਤੋਂ ਬਾਅਦ ਔਰ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਤਾਂ ਉਹਦੇ ਜਿਹੜਾ ਵਿਰੋਧ ਦੇ ਵਿੱਚ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੇਲਾਂ ਦਾ ਉਹ ਚੱਕਾ ਜਾਮ ਕੀਤਾ ਗਿਆ ਅਗਰ ਸਰਕਾਰ ਉਹਨਾਂ ਦੇ ਜੋ ਪ੍ਰਸ਼ਾਸਨਿਕ ਕਾਰਵਾਈ ਕੀਤੀ ਉਹਨਾਂ ਦੇ ਉੱਪਰ ਬਣਦੀ ਸਜ਼ਾ ਨਹੀਂ ਦਿੰਦੀ ਜਾਂ ਜ਼ਮੀਨ ਜਿਹੜੀ ਉਹਨਾਂ ਦਾ ਬਣਦਾ ਮੁਆਵਜ਼ਾ ਜਿਹੜਾ ਹੈ ਜੋ ਬਜਾਰੀ ਰੇਟ ਚੱਲ ਰਿਹਾ ਉਹਦਾ ਮੁਤਾਬਕ ਨਹੀਂ ਦਿੰਦੀ ਤਾਂ ਇੱਕ ਜਿਹੜਾ ਧਰਨਾ ਹੈ ਉਹ ਲਗਾਤਾਰ ਜਿਹੜਾ ਚੱਲਦਾ ਰਹੇਗਾ ਜਿਹੜੇ ਅੱਜ ਤੁਹਾਨੂੰ ਜਿਹੜੀ ਹੈ ਰੇਲਵੇ ਟ੍ਰੈਕ ਰੁਕਣੇ ਪੈ ਰਹੇ ਆ ਤਾਂ ਲਗਾਤਾਰ ਤੁਸੀਂ ਪਿੱਛੇ ਵੀ ਜਿਹੜੀ ਆਪਣੇ ਮੰਗਾਂ ਨੂੰ ਮੰਗ ਕਰ ਰਹੇ ਸੀ ਉਹ ਵੀ ਨਹੀਂ ਪੂਰੀਆਂ ਹੋਈਆਂ ਹਜੇ ਤੱਕ ਤਾਂ ਕਿਵੇਂ ਇਹ ਜਿਹੜਾ ਟ੍ਰੈਕ ਕਿੰਨੀ ਦੇਰ ਤੱਕ ਜਾਮ ਰਹੇਗਾ ਫਿਰ ਇਸੇ ਤਰ੍ਹਾਂ ਹਾਂ ਦੇਖੋ ਜੀ ਸਰਕਾਰ ਨੇ ਜੋ ਵਾਅਦੇ ਕਰਕੇ ਸਰਕਾਰ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਜੋ ਆਈ ਭਗਵੰਤਬਾਨ ਸਰਕਾਰ ਤਾਂ ਇਹਨਾਂ ਨੇ ਝੂਠੇ ਵਾਅਦੇ ਕੀਤੇ ਉਹ ਵਾਅਦੇ ਕਰਨ ਤੋਂ ਬਾਅਦ ਅੱਜ ਕਿਤੇ ਨਾ ਕਿਤੇ ਸਰਕਾਰ ਮੁਕਰ ਗਈ ਹੈ ਪਰੰਤੂ ਜੋ ਕਿਸਾਨਾਂ ਦਾ ਰੋਹ ਹੈ ਔਰ ਮਜ਼ਦੂਰਾਂ ਦਾ ਰੋਹ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਜਦ ਤੱਕ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜੋ ਗਰਦਾਸਪੁਰ ਦੇ ਵਿੱਚ ਜੋ ਕੱਲ ਬੀਤਿਆ ਤਾਂ ਤਦ ਤੱਕ ਜਿਹੜਾ ਇਹ ਤਰਨਾ ਜਾਰੀ ਰਹੇਗਾ ਇਹ ਰੇਲਵੇ ਟ੍ਰੈਕ ਜਾਮਦੇ ਹੋਣ ਨਾਲ ਜਿੱਥੇ ਟ੍ਰੇਨਾਂ ਜਿਹੜੀਆਂ ਕਾਫੀ ਦੇ ਪ੍ਰਭਾਵਿਤ ਹੋਣ ਗਿਆ ਤਾਂ ਜਿਹੜੇ ਇਹ ਮੁਸਾਫਰਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਖਾਸੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅ ਬਿਲਕੁਲ ਦੇਖੋ ਜੀ ਕਿਸਾਨ ਮਜ਼ਦੂਰ ਕਦੀ ਵੀ ਨਹੀਂ ਚਾਹੁੰਦੇ ਕਿ ਸਾਡੇ ਜੋ ਭਰਾ ਨੇ ਉਹ ਖੱਜਲ ਖਰਾਬ ਹੋਣ ਪਰੰਤੂ ਇਹ ਵੀ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਸਾਨੂੰ ਜ਼ਬਰਦਸਤੀ ਜਿਹੜਾ ਟ੍ਰੇਨਾਂ ਦੇ ਪਟੜੀਆਂ ਦੇ ਉੱਪਰ ਧਕੇਲਣ ਦੀ ਕੋਸ਼ਿਸ਼ ਕਰਦੀ ਸਰਕਾਰ ਦੇ ਆਈ ਸਤਾਇਆਂ ਹੋਆਂ ਨੂੰ ਸਾਨੂੰ ਜਿਹੜਾ ਰੇਲਾ ਰੋਕਣੀਆਂ ਪੈਂਦੀਆਂ ਨੇ ਜਾਂ ਰੋਡ ਜਾਮ ਕਰਨੇ ਪੈਂਦੇ ਨੇ ਕਿਉਂਕਿ ਇਸ ਤੋਂ ਇਲਾਵਾ ਤੁਸੀਂ ਦੇਖ ਹੀ ਲਿਆ ਹੈ ਕਿ ਇਸ ਤੋਂ ਇਲਾਵਾ ਸਾਡਾ ਹੋਰ ਕਿਤੇ ਵੀ ਕੋਈ ਵੀ ਜਿਹੜਾ ਅਚਾਰਾ ਨਹੀਂ ਚੱਲਦਾ ਤੇ ਨਾ ਹੀ ਸਾਡੀ ਕੋਈ ਸਰਕਾਰ ਕਿਤੇ ਮੰਨਦੀ ਤੇ ਸਾਨੂੰ ਮਜਬੂਰ ਨੇ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਨਾ ਪੈਂਦਾ ਬਿਲਕੁਲ ਤੁਸੀਂ ਦੇਖਦੇ ਕਿਸਾਨ ਮਜ਼ਦੂਰ ਸੰਘਰਸ਼ਕ ਮੀਟੀ ਦੇ ਜਿਹੜੇ ਨਮਾਇंदे ਸੀਗੇ ਫਿਰ ਵੀ ਗੱਲਬਾਤ ਕਰ ਲੈਨੇ ਪਾਪੇ ਇਹ ਰੇਲਵੇ ਟਰੈਕ ਹੈ ਜਾਮ ਕਰਨਾ ਪੈ ਰਿਹਾ ਹੈ ਕਿ ਵਜ੍ਹਾ ਇਹ ਜੀ ਵੇਖੋ ਜੀ ਜੋ ਵੀ ਆਪਣੇ ਪੰਜਾਬ ਸਰਕਾਰ ਗਵਰਨਮੈਂਟ ਜਾਂ ਸ਼ੁਰੂ ਤੋਂ ਜੋ ਵੀ ਆਪਣਾ ਜੇ ਯਾਦ ਹੋਇਆ ਪਰ ਜੇ ਯਾਦ ਨਹੀਂ ਹੋਇਆ ਉਸੇ ਤਰ੍ਹਾਂ ਜੋ ਕੁਝ ਲੈ ਜਾਂਦਾ ਜੋ ਸਰਕਾਰਾਂ ਵਾਦਾ ਕਰਦੀਆਂ ਨੇ ਉਹ ਵੈਸੇ ਭੱਜ ਜਾਂਦੀਆਂ ਨੇ ਜੋ ਵੀ ਆਪਣਾ ਜਿਹੜਾ ਹੁਣੇ ਸੜਕ ਕੋਈ ਵੀ ਇਹ ਬਣਾ ਰਹੇ ਨੇ ਉਹ ਸਾਡੀ ਰਹਿਣ ਮਾਇਨ ਲਈ ਹੋ ਰਿਹਾ ਸਾਡਾ ਠੱਕਾ ਹੋ ਰਿਹਾ ਸਾਡੀਆਂ ਜ਼ਮੀਨਾਂ ਪੂਰਾ ਰੇਟ ਨਹੀਂ ਮਿਲਦਾ ਜੋ ਸਾਡੇ ਅਹੀਂ ਜਿਹੜੇ ਇਹਨਾਂ ਕੋਲ ਅੱਖ ਮੰਗਦੇ ਆ ਸਾਡੀਆਂ ਬੀਬੀਆਂ ਨੂੰ ਵੀ ਬੀਬੀਆਂ ਨੂੰ ਚਫੇੜਾ ਮਾਰਦੇ ਕੁੱਟਿਆ ਮਾਰਿਆ ਜਾਂ ਇਹ ਚੁੱਟੀ ਜਾਂਦੀ ਆ ਸਾਡੇ ਬਜ਼ੁਰਗਾਂ ਨੂੰ ਵੀ ਬਹੁਤ ਧੱਕੇ ਵਜਦੇ ਨੇ ਇਹ ਸਰਕਾਰਾਂ ਜੋ ਵਾਅਦੇ ਕਰਦੀਆਂ ਨੇ ਵਾਅਦੇ ਪੂਰੇ ਨਹੀਂ ਸਿਰੀਆਂ ਬਿਲਕੁਲ ਤੁਸੀਂ ਦੇਖ ਸਕਦੇ ਕਿਸਾਨ ਜਥੇਬੰਦੀਆਂ ਉਹਨਾਂ ਲਗਾਤਾਰ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਹੈ ਮਾਲਾ ਐਕਸਪ੍ਰੈਸ ਜਿਹੜੀ ਹੈ ਪ੍ਰੋਜੈਕਟ ਹੈ ਉਸ ਦੇ ਤਹਿਤ ਜਿਹੜੀ ਹੈ ਲਗਾਤਾਰ ਜਿਹੜੇ ਜਿਹੜੇ ਹਾਈਵੇ ਕੱਢੇ ਜਾ ਰਹੇ ਆ ਉਸ ਹਾਈਵੇ ਤੇ ਉੱਤੇ ਜਿਹੜਾ ਮੁਆਵਜ਼ਾ ਹੈ ਉਹ ਬੰਦਾ ਜਿਹੜਾ ਸਹੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਔਰ ਕੱਲ ਜੇ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਮਹਿਲਾ ਦੇ ਉੱਤੇ ਇਸ ਪ੍ਰਦਰਸ਼ਨ ਦੇ ਦੌਰਾਨ ਜਿਹੜੀ ਹੈ ਚਪੇੜ ਮਾਰੀ ਗਈ ਪੁਲਿਸ ਵੱਲੋਂ ਔਰ ਉਸ ਜਿਹੜਾ ਇਨਸਾਫ ਨਹੀਂ ਮਿਲਿਆ ਉਸ ਨੂੰ ਲੈ ਕੇ ਅੱਜ ਲਗਾਤਾਰ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਜਮ ਕਰ ਦਿੱਤੇ ਗਿਆ ਕਰਾਮਾਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇਹ ਫਰੂਪੁਰ ਦਾ ਰੇਲਵੇ ਟ੍ਰੈਕ ਹੈ ਫਰੂਪੁਰ ਡਿਵੀਜ਼ਨ ਰੇਲ ਮੰਡਲ ਹੈ ਜਿੱਥੋਂ ਸਾਰੇ ਕਿ ਦੇਖੋ ਤਸਵੀਰਾਂ ਦੇ ਵਿੱਚ ਲਗਾਤਾਰ ਕਿਸਾਨ ਰੇਲਵੇ ਟ੍ਰੈਕ ਤੇ ਬੈਠੇ ਆ ਲਗਾਤਾਰ ਜਿਹੜੇ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਨੇ ਮੁਸਾਫਿਰ ਜਿਹੜੇ ਕਾਫੀ ਮੁਸ਼ਕਲ ਸਹਣਾ ਕਰਨਾ ਪੈ ਰਿਹਾ ਔਰ ਕਿਸਾਨਾਂ ਵੀ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਰੇਲਵੇ ਟ੍ਰੈਕ ਤੇ ਬੈਠੇ ਆ ਜੋ ਤਾਂ ਪੰਜਾਬ ਦੀ ਆਮਦ ਇਹ ਸਰਕਾਰ ਨੂੰ ਇਸ ਵਾਰ ਚਾਹਤ ਹੈ ਦੀ ਤਾਂ ਕਿ ਕਿਸਾਨ ਜਿਹੜੇ ਆਪਣੀ ਮੰਗਾਂ ਉਹਨੂੰ ਜਿਹੜਾ ਹੈ ਮੰਨ ਲੈਣ ਔਰ ਆਪਣੀ ਜਿਹੜੀ ਮੰਗਾਂ ਮੰਲ ਕੇ ਜਿਹੜੇ ਰੇਲਵੇ ਟ੍ਰੈਕ ਤੋਂ ਉੱਠ ਜਾਣ ਤਾਂ ਕਿ ਲੋਕਾਂ ਲਈ ਕਾਫੀ ਖਤਰਨਾਕ ਨਾ ਹੋ ਸਕਣ ਸਿਰਫ ਉਹ ਕਹਿ ਰਿਹਾ ਪਸੰਦ ਇਗਜ਼ਿਸਟੈਂਸ ਨਿਊਜ਼